ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਹੋ ਮੈਂ ਰਾਹੁਲ ਕਾਲਾ ਸ਼ਾਮ 5 ਵਜੇ ਤੱਕ ਦੀਆਂ ਖਾਸ ਖਬਰਾਂ ਲੈ ਕੇ ਹਾਜ਼ਰ ਹੋਇਆ 2022 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਫਿਰੋਜ਼ਪੁਰ ਆਉਣ ਲੱਗੇ ਹੁੰਦੇ ਆ ਤਾਂ ਉਹਨਾਂ ਦੀ ਸੁਰੱਖਿਆ ਦੇ ਵਿੱਚ ਕੁਤਾਹੀ ਦਾ ਮਾਮਲਾ ਆ ਜਾਂਦਾ ਹੈ ਤਾਂ ਹੁਣ ਇਸ ਮਾਮਲੇ ਦੇ ਵਿੱਚ ਡੀਜੀਪੀ ਪੰਜਾਬ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਦੀ ਰਿਪੋਰਟ ਆਈ ਹੈ ਜਿਸ ਤੋਂ ਬਾਅਦ ਐਕਸ਼ਨ ਜਿਹੜਾ ਆ ਉਹ ਐਸਐਸਪੀ ਆਪਰੇਸ਼ਨ ਤਤਕਾਲੀ ਜਿਹੜੇ ਸੀ ਗੁਰਵਿੰਦਰ ਸਿੰਘ ਸੰਗਾ ਇਹਨਾਂ ਤੇ ਹੋਇਆ ਗੁਰਵਿੰਦਰ ਸਿੰਘ ਸੰਗਾ ਨੂੰ ਮੁਅਤਲ ਕਰ ਦਿੱਤਾ ਗਿਆ ਐਸਪੀ ਸੰਗਾ ਦੇ ਖਿਲਾਫ ਇਹ ਕਾਰਵਾਈ ਗ੍ਰਹਿ ਤੇ ਨਿਆਇ ਵਿਭਾਗ ਦੇ ਸਕੱਤਰ ਗੁਰਕੀਰਤ ਸਿੰਘ ਮਾਫ ਕਰਨਾ ਗੁਰਕੀਰਤ ਕਿਰਪਾਲ ਸਿੰਘ ਵੱਜੋਂ ਉਹਨਾਂ ਵੱਲੋਂ ਹੋਈ ਹੈ ਤਾਂ ਹੁਣ ਡੀਜੀਪੀ ਦਫ਼ਤਰ ਦੇ ਵਿੱਚ ਰਿਪੋਰਟ ਕਰਨ ਦੇ ਲਈ ਸੰਗਾ ਨੂੰ ਕਹਿ ਦਿੱਤਾ ਗਿਆ ਗੁਰਵਿੰਦਰ ਸਿੰਘ ਇਸ ਸਮੇਂ ਬਠਿੰਡਾ ਦੇ ਵਿੱਚ ਐਸਪੀ ਵਜੋਂ ਤਾਇਨਾਤ ਸਨ ਹੁਣ ਹੁਕਮ ਦਿੱਤਾ ਗਿਆ ਇਸ ਦੇ ਮੁਤਾਬਕ ਜਦੋਂ ਸਸਪੈਂਡ ਕਰ ਦਿੱਤਾ ਗਿਆ ਤਾਂ ਇਹਨਾਂ ਨੂੰ ਹੁਣ ਜਲਦ ਹੀ ਚੰਡੀਗੜ੍ਹ ਡੀਜੀਪੀ ਦਫ਼ਤਰ ਦੇ ਵਿੱਚ ਪਹੁੰਚਣਾ ਹੋਵੇਗਾ ਤੇ ਇਹ ਵੀ ਦੱਸਿਆ ਗਿਆ ਕਿ ਅਗਲੇ ਬਿਨਾ ਆਪਣਾ ਹੈੱਡਕੁਆਟਰ ਨਹੀਂ ਛੱਡ ਕੇ ਜਾ ਸਕਦੇ ਬਠਿੰਡਾ ਤੋਂ ਰਿਲੀਵ ਹੋਣ ਤੋਂ ਬਾਅਦ ਤੁਰੰਤ ਡੀਜੀਪੀ ਦਫ਼ਤਰ ਆਉਣ ਲਈ ਜਿਹੜੇ ਹੁਕਮ ਜਾਰੀ ਹੋਏ ਨੇ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਅੱਜ ਕਰੀਬ 3000 ਟਰੈਕਟਰ ਟਰਾਲੀਆਂ ਭਰ ਕੇ ਕਿਸਾਨ ਚੰਡੀਗੜ੍ਹ ਨੂੰ ਆ ਰਹੇ ਐ ਥੋੜੀ ਦੇਰ ਤੱਕ ਚਾਲੇ ਜਿਹੜੇ ਕਿਸਾਨਾਂ ਨੇ ਪਾਲੇ ਐ ਔਰ ਸੰਯੁਕਤ ਕਿਸਾਨ ਮੋਰਚੇ ਨੇ ਸਪਸ਼ਟ ਕਰ ਦਿੱਤਾ ਕਿ ਐਮਐਸਪੀ ਦੇ ਉੱਪਰ ਕਾਨੂੰਨ ਬਣਾਉਣਾ ਕਰਜ਼ਾ ਮਾਫੀ ਅਤੇ ਹੋਰ ਮੰਗਾਂ ਨੂੰ ਲੈ ਕੇ 26 ਤੋਂ 28 ਨਵੰਬਰ ਤੱਕ ਚੰਡੀਗੜ੍ਹ ਦੇ ਵਿੱਚ ਮੋਰਚਾ ਲਗਾਇਆ ਜਾਣਾ ਤੈ ਹੈ ਜਿਸ ਦੇ ਵਿੱਚ 25 ਨਵੰਬਰ ਸ਼ਾਮ ਤੋਂ 12 ਜ਼ਿਲ੍ਹਿਆਂ ਦੇ 20000 ਤੋਂ ਵੱਧ ਕਿਸਾਨ ਜਿਹੜੇ ਐ ਉਹ ਸ਼ਾਮਲ ਹੋਣ ਲਈ ਆਣਗੇ ਤੇ 3000 ਦੇ ਕਰੀਬ ਇਹਨਾਂ ਦੇ ਵਾਹਨ ਐ ਜਿਹੜੇ ਇੱਥੇ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ ਔਰ ਇਸ ਆਵਾਜਾਈ ਦੇ ਨਾਲ ਜੋ ਆਣਾ ਹੈ قافلہ ਆਣਾ ਕਿਸਾਨਾਂ ਦਾ ਇਸ ਦੇ ਨਾਲ ਸ਼ਹਿਰ ਦੇ ਵਿੱਚ ਰੂਟ ਡਾਇਵਰਟ ਕਰ ਦਿੱਤੇ ਗਏ ਹੈ ਮੁਹਾਲੀ ਪੁਲਿਸ ਨੇ ਵੀ ਕਰ ਦਿੱਤੇ ਹੈ ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਪੂਰੀ ਨਜ਼ਰ ਰੱਖੀ ਹੋਈ ਹੈ ਕਿਸਾਨਾਂ ਨੇ ਇੱਕ ਹਫਤੇ ਦਾ ਜਿਹੜਾ ਰਾਸ਼ਨ ਹੈ ਉਹ ਇਕੱਠਾ ਕਰਕੇ ਨਾਲ ਲੈ ਕੇ ਆ ਰਹੇ ਆ ਇਸ ਮੋਰਚੇ ਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਭਾਗ ਲੈ ਰਹੀਆਂ ਨੇ ਕੇਂਦਰ ਦੇ ਖਿਲਾਫੇ ਰੋਸ ਪ੍ਰਦਰਸ਼ਨ ਹੈ ਤੇ ਦੂਸਰੇ ਪਾਸੇ ਖੂਫੀਆ ਵਿਭਾਗ ਵੀ ਕਿਸਾਨਾਂ ਦੀ ਹਰ ਗਤੀਵਿਧੀ ਤੇ ਨਜ਼ਰ ਰੱਖ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੁਲਾਈ ਗਈ ਗੰਨਾ ਕੰਟਰੋਲ ਬੋਰਡ ਦੀ ਮੀਟਿੰਗ ਜਿਹੜੀ ਹੈ ਉਹ ਖਤਮ ਹੋ ਗਈ ਹੈ ਸੀਐਮ ਭਗਵੰਤ ਮਾਨ ਨੇ ਇਹ ਬੈਠਕ ਜਿਹੜੀ ਹੈ ਕਿਸਾਨਾਂ ਦੇ ਨਾਲ ਪ੍ਰਤੀ ਕੁਇੰਟਲ ਗੰਨੇ ਦੀ ਕੀਮਤ ਵਧਾਉਣ ਦੇ ਵਾਅਦੇ ਤੋਂ ਬਾਅਦ ਬੁਲਾਈ ਸੀ ਬੈਠਕ ਗੰਨੇ ਦੀ ਕੀਮਤ ਪ੍ਰਤੀ ਕੁਇੰਟਲ ਵਧਾਉਣ ਦਾ ਫੈਸਲਾ ਲਿਆ ਗਿਆ ਹੈ ਹਾਲਾਂਕਿ ਇਹ ਹਲੇ ਤੱਕ ਐਲਾਨ ਨਹੀਂ ਕੀਤਾ ਕਿ ਕਿੰਨਾ ਗੰਨੇ ਦਾ ਰੇਟ ਤੈਅ ਕੀਤਾ ਗਿਆ ਇਹ ਜਿਹੜੀ ਬੈਠਕ ਹੋਈ ਹੈ ਸੀਐਮ ਭਗਵੰਤ ਮਾਨ ਦੀ ਸਰਕਾਰੀ ਰਿਹائش ਤੇ ਹੋਈ ਹੈ ਔਰ ਦਰਸਲ ਇਹ ਕਿ ਪਿਛਲੇ 4 ਦਿਨਾਂ ਤੋਂ ਜੋ ਜਲੰਧਰ ਦੇ ਵਿੱਚ ਧਰਨਾ ਚੱਲ ਰਿਹਾ ਸੀ ਗੰਨੇ ਦੇ ਕਿਸਾਨ ਕਿਸਾਨ ਫਸਲ ਦੀ ਕੀਮਤ ਵਧਾਉਣ ਦੀ ਮੰਗ ਕਰ ਰਹੇ ਸੀ ਬੀਤੇ ਦਿਨ ਹੀ ਸੀਐਮ ਭਗਵੰਤ ਮਾਨ ਨੇ ਕਿਸਾਨ ਲੀਡਰਾਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ ਇਸ ਦੌਰਾਨ ਗੰਨੇ ਦੇ ਭਾਅ ਵਧਾਉਣ ਬਾਰੇ ਜਲਦ ਫੈਸਲਾ ਲੈਣ ਦਾ ਸੀਐਮ ਭਗਵੰਤ ਮਾਨ ਨੇ ਦਾਅਵਾ ਵੀ ਕੀਤਾ ਸੀ ਸੀਐਮ ਨੇ ਕਿਹਾ ਸੀ ਕਿ ਸਰਕਾਰ ਹਮੇਸ਼ਾ ਹੀ ਪੰਜਾਬ ਦੇ ਵਿੱਚ ਗੰਨੇ ਦਾ ਪੂਰੇ ਭਾਰਤ ਵਿੱਚ ਸਭ ਤੋਂ ਵੱਧ ਭਾਅ ਦਿੰਦੀ ਆ ਰਹੀ ਹੈ ਤੇ ਹੁਣ ਵੀ ਜਾਰੀ ਰਹੇਗਾ ਇਸ ਦੇ ਨਾਲ ਹੀ ਕਿਸਾਨਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਕਿਸੇ ਵੀ ਕੀਮਤ ਤੇ ਸੜਕਾਂ 'ਤੇ ਰੇਲਾਂ ਜਾਮ ਨਾ ਕਰਨ 4 ਦਿਨਾਂ ਦੇ ਧਰਨੇ ਤੋਂ ਬਾਅਦ ਸਿਆ ਭਗਵੰਤ ਮਾਨ ਦੇ ਭਰੋਸੇ ਤੇ ਕਿਸਾਨਾਂ ਨੇ ਜਲੰਧਰ ਦੇ ਧੰਨੋਵਾਲ ਫਾਟਕ ਨੇੜੇ ਰੇਲਵੇ ਟਰੈਕ ਤੇ ਜੋ ਨੈਸ਼ਨਲ ਹਾਈਵੇ ਇਸ ਨੂੰ ਖੋਲ ਦਿੱਤਾ ਹੈ ਕਿਸਾਨਾਂ ਦਾ ਇਹ ਧਰਨਾ ਦਿੱਲੀ ਜੰਮੂ ਨੈਸ਼ਨਲ ਹਾਈਵੇ ਤੇ ਲੱਗਿਆ ਹੋਇਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 27 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹਰ ਗੁਰਦੁਆਰੇ ਦੇ ਅੰਦਰ ਅਖੰਡ ਪਾਠ ਸਾਹਿਬ ਜਿਹੜੇ ਆ ਉਹ ਆਰੰਭ ਕਰ ਦਿੱਤੇ ਗਿਆ ਹੈ ਕਈ ਥਾਵਾਂ ਤੇ ਅਜ ਨਗਰ ਕੀਰਤਨ ਵੀ ਸਜਾਏਗੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਇੱਕ ਕੱਢਿਆ ਗਿਆ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਦੇ ਹੇਠ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋ ਕੇ ਵੱਖ-ਵੱਖ ਵਜ਼ਾਰਾਂ ਤੋਂ ਹੁੰਦਾ ਹੋਇਆ ਵਾਪਸ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਰਤੇਗਾ ਇਸੇ ਤਰ੍ਹਾਂ ਅੱਜ ਚੰਡੀਗੜ੍ਹ ਦੇ ਵਿੱਚ ਵੀ ਨਗਰ ਕੀਰਤਨ ਸਜਾਇਆ ਗਿਆ ਜੋ ਸਵੇਰੇ ਗੁਰੂ ਸਿੰਘ ਸਵਾ ਸੈਕਟਰ 19 ਤੋਂ 11 ਵਜੇ ਸ਼ੁਰੂ ਹੋਇਆ ਅਤੇ ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ ਤੋਂ ਹੁੰਦਾ ਹੋਇਆ ਵਾਪਸ ਰਾਤ 8 ਵਜੇ ਸੈਕਟਰ 15 ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਆ ਕੇ ਸਮਾਪਤ ਹੋਏਗਾ ਨਗਰ ਕੀਰਤਨ 'ਚ ਸ਼ਬਦ ਚੌਂਕੀ ਜਥੇ ਸਕੂਲ ਬੈਂਡ ਸਕੂਲੀ ਬੱਚੇ ਬੈਂਡ ਪਾਰਟੀਆਂ ਗਤਕਾ ਪਾਰਟੀਆਂ ਸ਼ਾਮਲ ਹੋਈਆਂ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਥਾਂ-ਥਾਂ ਤੇ ਭਰਮਾ ਸਵਾਗਤ ਕੀਤਾ ਗਿਆ ਦੂਜੇ ਪਾਸੇ ਬਾਬੇ ਨਾਨਕ ਦੀ ਧਰਤੀ ਤੇ ਗੁਰਪੁਰਬ ਮਨਾਉਣ ਦੇ ਲਈ ਅੱਜ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਵੀ ਪਹੁੰਚਿਆ ਹਰਦੀਪ ਸਿੰਘ ਨੀਜਰ ਮਾਮਲੇ ਦੇ ਵਿੱਚ ਭਾਰਤ ਦਾ ਵੱਡਾ ਬਿਆਨ ਸਾਹਮਣੇ ਆਇਆ ਕੈਨੇਡਾ ਦੇ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੀਤ ਕੁਮਾਰ ਵਰਮਾ ਨੇ ਕੈਨੇਡੀਅਨ ਨਿਊਜ਼ ਚੈਨਲ ਨੂੰ ਇੰਟਰਵਿਊ ਦੇ ਵਿੱਚ ਕਿਹਾ ਜਾਂਚ ਪੂਰੀ ਹੋਣ ਤੋਂ ਪਹਿਲਾਂ ਭਾਰਤ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਉਹਨਾਂ ਨੇ ਪੀਐਮ ਟ੍ਰੂਡੋ ਤੇ ਤੰਜ ਕੱਸਦੇ ਹੋਏ ਪੁੱਛਿਆ ਕਿ ਇਹ ਰੂਲ ਆਫ ਲਾ ਹੈ ਟਰੂਡੋ ਨੇ 2 ਦਿਨ ਪਹਿਲਾਂ G20 ਦੀ ਵਰਚੁਅਲ ਮੀਟਿੰਗ ਦੇ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਸੀ ਕਿ ਸਾਡੇ ਦੇਸ਼ ਦੇ ਵਿੱਚ ਰੂਲ ਆਫ ਲਾ ਹੈ ਅਤੇ ਦੂਜੇ ਦੇਸ਼ਾਂ ਨੂੰ ਵੀ ਕੁਮਾਂਤਰੀ ਕਾਨੂੰਨ ਦਾ ਪਾਲਣਾ ਕਰਨੀ ਚਾਹੀਦੀ ਹੈ ਹਾਈ ਕਮਿਸ਼ਨਰ ਨੇ ਕਿਹਾ ਕਿ ਬਿਨਾਂ ਠੋਸ ਸਬੂਤਾਂ ਤੇ ਸਾਡੇ ਖਿਲਾਫ ਇਲਜ਼ਾਮ ਲਗਾਏ ਜਾ ਰਹੇ ਨੇ 4 ਮਹੀਨੇ ਬਾਅਦ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਇੱਕ ਵਾਰ ਫਿਰ ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਦੇ ਰੇਟ ਵਧਾ ਦਿੱਤੇ ਸ਼ੁੱਕਰਵਾਰ ਰਾਤ ਤੋਂ ਇਹ 30% ਵਧਾ ਦਿੱਤੀ ਗਈ ਹੈ ਇਸ ਦਾ ਅਸਰ ਲੁਧਿਆਣਾ ਅਤੇ ਜਲੰਧਰ ਜਾਂ ਫਿਰ ਇਸ ਰੋਡ ਦੇ ਉੱਪਰ ਬਾਹਰ ਜਾਣ ਵਾਲੇ ਲੋਕਾਂ ਤੇ ਪਏਗਾ ਹੁਣ ਤੁਹਾਨੂੰ ਜੇਕਰ ਕਾਰ ਜੀਪ ਵੈਨ ਤੇ ਤੁਸੀਂ ਸਿੰਗਲ ਸਫਰ ਕਰਨ ਦੇ ਲਈ ਨਿਕਲਦੇ ਹੋ ਤਾਂ ਤੁਹਾਨੂੰ ਇੱਕ ਸਾਈਡ ਦੇ 215 ਰੁਪਏ ਦੇਣੇ ਪੈਣਗੇ ਪਹਿਲਾਂ ਇਸ ਦੀ ਕੀਮਤ 165 ਰੁਪਏ ਸੀ ਮਲਟੀ ਐਕਸਲ ਵਾਹਨਾਂ ਦੇ ਲਈ ਟੋਲ ਦਰਾਂ ਦੇ ਵਿੱਚ ਵੀ ਬਦਲਾਅ ਕੀਤਾ ਗਿਆ ਐਨਐਚਏ ਨੇ ਹੁਣ ਵਾਹਨਾਂ ਦੇ ਐਕਸਲ ਦੀ ਗਿਣਤੀ ਦੇ ਆਧਾਰ ਤੇ ਟੋਲ ਦਰਾਂ ਨੂੰ ਬਦਲ ਦਿੱਤਾ 3 ਐਕਸਲ ਵਾਲੇ ਵਪਾਰਕ ਵਾਹਨਾਂ ਦੀ ਯਾਤਰਾ ਦੇ ਲਈ 795 ਰੁਪਏ 4 ਤੋਂ 6 ਐਕਸਲ ਵਾਲੇ ਵਾਹਨਾਂ ਨੂੰ 1140 ਰੁਪਏ ਅਤੇ 7 ਜਾਂ ਇਸ ਤੋਂ ਵੱਧ ਐਕਸਲ ਵਾਲੇ ਵੱਡੇ ਵਾਹਨਾਂ ਨੂੰ 1390 ਰੁਪਏ ਦਾ ਟੋਲ ਅਦਾ ਕਰਨਾ ਪਵੇਗਾ ਇਸ ਦੇ ਵਿੱਚ ਖਾਸ ਗੱਲ ਇਹ ਹੈ ਕਿ ਬਿਨਾ ਫਾਸਟੈਗ ਵਾਲੇ ਵਾਹਨਾਂ ਤੇ ਯਾਤਰਾ ਕਰਨ ਵਾਲਿਆਂ ਨੂੰ ਦੁੱਗਣਾ ਖਰਚਾ ਚਲਣਾ ਪਏਗਾ ਜੇਕਰ ਕਾਰ ਦੇ ਵਿੱਚ ਤੁਸੀਂ ਬਿਨਾਂ ਫਾਸਟ ਟੈਗ ਤੋਂ ਸਫ਼ਰ ਕਰਦੇ ਹੋ ਤਾਂ 430 ਰੁਪਏ ਅਦਾ ਕਰਨੇ ਪੈਣਗੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਪੈਲ ਵਿਖੇ ਤੇਜ਼ ਤਾਰ ਹਥਿਆਰਾਂ ਦੇ ਨਾਲ ਨੌਜਵਾਨ ਦਾ ਕਤਲ ਕਰਨ ਦੇ ਮਾਮਲਾ ਇੱਕ ਸਾਹਮਣੇ ਆਇਆ ਮ੍ਰਿਤਕ ਨੌਜਵਾਨ ਦੀ ਪਛਾਣ ਸ਼ਮਸ਼ੀਰ ਸਿੰਘ ਜਿਸ ਦੀ ਉਮਰ 22 ਸਾਲ ਹੈ ਔਰ ਇਹ ਪਿੰਡ ਟਾਇ ਵਾਲਾ ਦਾ ਰਹਿਣ ਵਾਲਾ ਔਰ ਨਵਜਨਮੀ ਲੜਕੀ ਦੀ ਖੁਸ਼ੀਆਂ ਦੇ ਵਿੱਚ ਘਰ ਅੰਦਰ ਸਮਾਗਮ ਕਰਵਾਇਆ ਜਾ ਰਿਹਾ ਸੀ ਡੀਜੇ ਤੇ ਭਗੜਾ ਭੰਗੜਾ ਪਾਉਂਦੇ ਸਮੇਂ ਪਿੰਡ ਦੇ ਹੀ ਨੌਜਵਾਨਾਂ ਦੇ ਨਾਲ ਸ਼ਮਸ਼ੀਰ ਸਿੰਘ ਦਾ ਝਗੜਾ ਹੋ ਗਿਆ ਸੀ ਗਾਣੇ ਬਦਲਣ ਨੂੰ ਲੈ ਕੇ ਜਿਸ ਦੌਰਾਨ ਇਹਨਾਂ ਨੌਜਵਾਨਾਂ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਸ਼ਮਸ਼ੀਰ ਤੇ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪੀੜਤ ਪਰਿਵਾਰ ਵੱਲੋਂ ਮ੍ਰਿਤਕ ਨੌਜਵਾਨ ਦੇ ਕਾਤਲਾਂ ਨੂੰ ਸਖਤ ਸਜ਼ਾਵਾ ਦੇਣ ਦੀ ਮੰਗ ਕੀਤੀ ਗਈ ਹੈ 22 ਨਵੰਬਰ ਨੂੰ ਦੇਰ ਰਾਤ ਬਟਾਲਾ ਦੇ ਪਿੰਡ ਕੋਟਲਾ ਬੱਜਾ ਸਿੰਘ ਨੇੜੇ ਕਸ ਕਸੂਰ ਬ੍ਰਾਂਚ ਨਹਿਰ ਦੇ ਕੋਲ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਨਜਾਇਜ਼ ਮਾਈਨਿੰਗ ਕਰ ਰਹੇ ਮੁਲਾਜ਼ਮਾਂ ਨੂੰ ਸਰਕਾਰੀ ਬੇਲਦਾਲ ਦਰਸ਼ਨ ਸਿੰਘ ਵੱਲੋਂ ਰੋਕਿਆ ਗਿਆ ਤਾਂ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਨੇ ਉਹਨਾਂ ਦੇ ਉੱਪਰ ਹਮਲਾ ਕਰਕੇ ਕਤਲ ਕਰ ਦਿੱਤਾ ਇਸ ਤੋਂ ਬਾਅਦ ਸ਼ਰੋਮਣੀ ਅਕਾਲੀ ਦਲ ਦੇ ਲੀਡਰ ਵਿਕਰਮ ਮਜੀਠੀਆ ਅੱਜ ਨੇ ਸਵਾਲ ਚੱਕੇ ਮਜੀਠੀਆ ਅੱਜ ਉਹਨਾਂ ਦੇ ਘਰ ਪਹੁੰਚੇ ਤੇ ਪਰਿਵਾਰ ਦੇ ਲਈ ਇਨਸਾਫ ਦੀ ਗੁਹਾਰ ਲਗਾਈ ਡਿਊਟੀ ਨੂੰ ਸਮਝਦਾ ਹੈ ਲਾਈਨ ਆਫ ਡਿਊਟੀ ਲਾਈਨ ਆਫ ਐਕਸ਼ਨ ਜੋ ਬਣਦਾ ਸੀ ਉਹ ਨਾਲ ਦੀ ਬਿਗੈਰ ਪਰਵਾਹ ਕੀਤੇ ਚੱਲੇਗਾ ਰਾਤ ਦੇ ਨੇਰੇ ਕਿ ਮੇਰੇ ਫਰਜ਼ ਬਣਦਾ ਇਲੀਗਲ ਮਾਈਨਿੰਗ ਰੋਕਰੀ ਮੈਂ ਚਲੇ ਗਿਆ ਤੇ ਉਹਨੇ ਤਾਂ ਆਪਣੀ ਫਰਜ਼ ਦੀ ਦੇਖੀ ਕਰਤੀ ਤੇ ਸਰਕਾਰ ਦਾ ਕੋਈ ਫਰਜ਼ ਨਹੀਂ ਬਣਦਾ ਉਲਟਾ ਉਹਦੇ ਨਾਲ ਕੀਤਾ ਕੀ ਨਾ ਤਾਂ ਉਹਦਾ ਪਤਾ ਲੈਣ ਆਉਂਦੇ ਆ ਅੱਜ ਤੱਕ ਪੋਸਟਮਾਰਟਮ ਨਹੀਂ ਹੋਇਆ ਡੀਸੀ ਸਾਹਿਬ ਮਹਿਕਮੇ ਦੇ ਵਜ਼ੀਰ ਜੋੜਾ ਮਾਜਰਾ ਜੀ ਅੱਜ ਜੇ ਜੋੜਾ ਮਾਜਰਾ ਸਾਹਿਬ ਨਹੀਂ ਆਉਂਦੇ ਨਾ ਇਸ ਘਰ 'ਚ ਤੁਸੀਂ ਮਤਲਬ ਕਿ ਤੁਸੀਂ ਚੋਰਾ ਨਾਲ ਰਲੇ ਇਲੀਗਲ ਮਾਈਨਿੰਗ ਕਰਨ ਨਾਲ ਰਲੇ ਤਦੇ ਨਹੀਂ ਆਉਂਦੇ ਇੱਥੇ ਫਿਰ ਇਮਾਨਦਾਰ ਅਫਸਰਾਂ ਨੂੰ ਭਾਈ ਅੱਜ ਤੋਂ ਬਾਅਦ ਕੋਈ ਕੰਮ ਕਰਨ ਦੀ ਲੋੜ ਨਹੀਂ ਕਿਉਂਕਿ ਤੁਹਾਡੇ ਨਾਲ ਹੋਣੀ ਫਿਰ ਦਰਸ਼ਨ ਸਿੰਘ ਵਾਲੀ ਤੁਹਾਡਾ ਹਾਲ ਤੱਕ ਨਹੀਂ ਪੁੱਛਣਾ ਇਹ ਬੇਈਮਾਨ ਸਰਕਾਰ ਨੇ ਤੇ ਜੇ ਸਰਕਾਰ 'ਚ ਇਮਾਨਦਾਰੀ ਹੈ ਕਿਸੇ ਤਰੀਕੇ ਦੀ ਵੀ ਇਸ ਪਰਿਵਾਰ ਦੀ ਬਾਹ ਫੜੇ ਔਰ ਜਿਨ੍ਹਾਂ ਨੇ ਵੀ ਉਹਦਾ ਮੋਬਾਈਲ ਫੜ ਕੇ ਉਸ ਮੋਬਾਈਲ 'ਚ ਉਹ ਸਾਰਾ ਡਿਲੀਟ ਮਾਰਿਆ ਕਿਉਂ ਡਿਲੀਟ ਮਾਰਿਆ ਭਾਈ ਉਹ ਕਿਹੜਾ ਇਹ ਜਿਹਾ ਪਰਦਾ ਫਾਸ਼ ਕਰਨ ਲੱਗਿਆ ਸੀਗਾ ਜਿਹਦਾ ਸਰਕਾਰ ਨੂੰ ਫਿਕਰ ਪੈ ਗਿਆ ਇਹਦੀ ਸਬਦੀ ਸੀਬੀਆਈ ਇਨਕੁਆਇਰੀ ਹੋਵੇ ਮੈਂ ਤਾਂ ਕਹਿੰਦਾ ਜਿੰਨੀ ਮਾਈਨਿੰਗ ਪੰਜਾਬ ਚ ਚੱਲ ਰਹੀ ਆ ਸੀਬੀਆਈ ਇਨਕੁਆਇਰੀ ਮਾਰਕ ਕਰ ਦੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂ ਜਿਵੇਂ ਸ਼ਰਾਬ ਘਟਾਲੇ ਤੋਂ ਬਾਅਦ ਸੰਗਣੀ ਧੁੰਦ ਦੇ ਕਾਰਨ ਖੰਨਾ ਨੇੜੇ ਸ਼ੇਰ ਸ਼ਾਹ ਸੂਰੀ ਮੁਖ ਮਾਰਗ ਉੱਤੇ ਅੱਜ ਫੇਰ 25 ਤੋਂ 30 ਗੱਡੀਆਂ ਆਪਸ ਦੇ ਵਿੱਚ ਟਕਰਾ ਗਈਆਂ ਇਹ ਹਾਸਾ ਉਸੇ ਜਗ੍ਹਾ ਤੇ ਹੋਇਆ ਜਿੱਥੇ ਦੋ ਕੁ ਹਫ਼ਤੇ ਪਹਿਲਾਂ 100 ਦੇ ਕਰੀਬ ਗੱਡੀਆਂ ਜਿਹੜੀਆਂ ਸੰਗਣੀ ਧੁੰਦ ਦੇ ਕਾਰਨ ਆਪਸ ਦੇ ਵਿੱਚ ਟਕਰਾ ਗਈਆਂ ਸੀ ਹਾਸੇ ਦੀ ਜਾਣਕਾਰੀ ਮਿਲਨ ਤੇ ਖੰਨਾ ਪੁਲਿਸ ਮੌਕੇ ਤੇ ਪਹੁੰਚੀ ਪੀੜਤ ਰਾਗਿਰਾਂ ਨੂੰ ਇਲਾਜ ਦੇ ਲਈ ਨੇੜੇ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਇਸ ਹਾਸੇ ਦੇ ਵਿੱਚ ਇੱਕ ਸਕੂਲ ਦੇ ਬੱਚੇ ਬੱਚਿਆਂ ਵਾਲੀ ਬੱਸ ਵੀ ਹਾਸਤਾਗਰਸ ਹੋ ਗਈ ਤੇ ਬੱਚਿਆਂ ਨੂੰ ਹਾਲਾਂਕਿ ਕੋਈ ਸੱਟ ਨਹੀਂ ਲੱਗੀ ਹਾਸੇ ਦੇ ਵਿੱਚ ਇੱਕ ਸ਼ੀਸ਼ੇ ਨਾਲ ਭਰੀ ਹੋਈ ਗੱਡੀ ਵੀ ਉਹ ਵੀ ਟਕਰਾ ਜਾਂਦੀ ਹੈ ਤੇ 3 ਲੱਖ ਦਾ ਸ਼ੀਸ਼ਾ ਟੁੱਟ ਜਾਂਦਾ ਉਧਰ ਫਰੀਦਕੋਟ ਦੇ ਵਿੱਚ ਵੀ ਸੰਗਣੀ ਧੁੰਦ ਦੇ ਕਾਰਨ ਅੱਜ ਸਵੇਰੇ ਕੋਟਕਪੂਰਾ ਜੈਤੋ ਰੋਡ ਤੇ ਗੁਰੂ ਕੀ ਢਾਬ ਨਜ਼ਦੀਕ ਟੈਪਈ ਨਹਿਰ ਤੇ ਛੇ ਵਾਹਨਾਂ ਦੀ ਟੱਕਰ ਹੋ ਗਈ ਹੈ ਇਸ ਦੌਰਾਨ 7 ਦੇ ਕਰੀਬ ਵਿਅਕਤੀਆਂ ਨੂੰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਜੈਤੋ ਦੀ ਨੌਜਵਾਨ ਵੈਲਫੇਅਰ ਸੁਸਾਇਟੀ ਨੇ ਹਸਪਤਾਲ ਪਹੁੰਚਾਇਆ 5 ਵਜੇ ਤੱਕ ਦੀਆਂ ਖਬਰਾਂ ਦੇ ਵਿੱਚ ਇਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ